चार पार्टियां ने, पहला दो होंदियां सी पंजाब दे विच जी, फिर आम आदमी पार्टी आई है, किसानों की भी एक पार्टी बनी है, तो की लग रहा कि पार्टी की इस बार हवा लग रही है तुम्हें? हरेक पार्टी आउंदी आ, हरेक पहला कलवंत भी 5 साल रह लिया, इन्होंने भी बथेरे सानू कहा भी हाँ असीं तुहाडे नाल पक्के करावांगे करांगे, कोई किसी ने नहीं करिया। जे सैक्टर का हाल वेखते हैं तो ठीक आ, पिंडा नालों पिंड जिहड़े ने तुहाडे उन्हां वल लगता इग्नोर गनगौल आ कि पिंडां च जाके देखो अंदर बाजी गलियां च निकल नहीं हुंदा जी, इन्ना गंद पिया। पार्टियां राय कहिंदियां ने वड्डे वड्डे बिजनेसमैन आ जिहड़े ओह तारे जांदे ने इत्थों, जिहड़े अमीर लोग ने, जिहड़े कह लो कि कारपोरेट लोग ने, जिहड़े अमीर लोग अमीरां दे कम करदे, साडा की करना उहनां ने इत्थे दा, जदों साडे नाल विचरदे नहीं, सानूं जाणदे नहीं, बुझदे नहीं, साडा कम की करना उहनां ने। ਕਿਵੇਂ ਲੱਗਦਾ ਜੀ ਇਸ ਵਾਰ ਮਾਹੌਲ, ਜਿਸ ਤਰ੍ਹਾਂ ਬਾਈ ਹਰਾਂ ਨੇ ਗੱਲ ਕੀਤੀ, ਤੁਹਾਨੂੰ ਕਿਵੇਂ ਲੱਗਦਾ ਕੁਛ ਹੋਰ? ਇਸ ਟਾਈਮ ਮਾਹੌਲ ਦੇਖੋ ਜੀ, ਹੁਣ ਤੁਹਾਨੂੰ ਪਤਾ ਹੀ ਹੈ ਗਰੀਬ ਆਦਮੀ ਬੁੱਟਾ ਪਾਉਣ ਤੋਂ ਜੁਗਾ ਰਹਿ ਗਿਆ ਬਸ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਮਨਪ੍ਰੀਤ ਸਿੰਘ। ਪੰਜਾਬ ਦੇ ਵਿੱਚ ਸਿਆਸੀ ਮਾਹੌਲ ਗਰਮ ਹੈ ਔਰ ਅਸੀਂ ਇਸ ਵਕਤ ਮੋਹਾਲੀ ਸ਼ਹਿਰ ਦੇ ਵਿੱਚ ਖੜ੍ਹੇ ਹੋਏ ਹਾਂ ਔਰ ਪੰਜਾਬ ਦੇ ਵਿੱਚ ਸਭ ਤੋਂ ਜਿਹੜੇ ਵੱਡਿਆਂ ਸ਼ਹਿਰਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਔਰ ਸ਼ਹਿਰੀਕਰਨ ਦਾ ਅਸਰ ਵੀ ਹੋਇਆ ਮੋਹਾਲੀ ਦੇ ਵਿੱਚ, ਹੋਰਾਂ ਸ਼ਹਿਰਾਂ ਦੇ ਨਾਲ ਨਾਲ ਬਾਹਰੋਂ ਬਹੁਤ ਜਿਹੜੀ ਵਸੋਂ ਇੱਥੇ ਆ ਕੇ ਵਸੀ, ਆਸ ਪਾਸ ਦੀ ਕੁਛ ਇੰਡਸਟਰੀ ਵੀ ਹੈ ਜਿੱਥੇ ਲੋਕ ਕੰਮ ਕਰਦੇ ਨੇ, ਪਰ ਪੰਜਾਬ ਨੂੰ ਲੈ ਕੇ ਸਿਆਸੀ ਮਾਹੌਲ ਕੀ ਹੈ ਮੋਹਾਲੀ ਦੇ ਪਿੰਡਾਂ ਦਾ? ਕਿਉਂਕਿ ਮੋਹਾਲੀ ਦੇ ਪਿੰਡਾਂ ਦੇ ਵਿੱਚ ਹਜੇ ਕਿਤੇ ਨਾ ਕਿਤੇ ਉਹ ਜਿਹੜਾ ਪੰਜਾਬ ਵਾਲਾ ਆਪਣਾਪਣ ਹੈ ਉਹ ਵੀ ਜਿਉਂਦਾ, ਚਾਹੇ ਬਾਹਰੀ ਬਹੁਤ ਸਾਰੇ ਲੋਕ ਇੱਥੇ ਵੱਸ ਗਏ, ਇੱਥੋਂ ਦੇ ਵੋਟਰ ਵੀ ਬਣ ਗਏ, ਇੱਥੋਂ ਦੇ ਵਸਨੀਕ ਵੀ ਬਣ ਗਏ, ਪਰ ਉਹਨਾਂ ਪਿੰਡਾਂ ਦੇ ਵਿੱਚ ਅਜੇ ਪਿੰਡਾਂ ਵਾਲਾ ਮਾਹੌਲ ਹੈਗਾ। ਤਾਂ ਕੁੰਬੜਾ ਵੀ ਉਹਨਾਂ 'ਚ ਇੱਕ ਅਜਿਹਾ ਪਿੰਡ ਹੈ, ਉਸ ਪਿੰਡ ਦੇ ਵਿੱਚ ਅਸੀਂ ਹੈਗੇ ਹਾਂ ਔਰ ਇੱਥੇ ਬੈਠੇ ਨੇ ਬਜ਼ੁਰਗ, ਜਾਣਾਂਗੇ ਆਪਾਂ ਗੱਲਬਾਤ ਕਰਦੇ ਹਾਂ ਔਰ ਜਮਾਂ ਸੈਂਟਰਲ ਦੇ ਵਿੱਚ ਕਹਿ ਸਕਦੇ ਹਾਂ ਕਿ ਮੋਹਾਲੀ ਦੇ ਸੈਂਟਰਲ ਦਾ ਇਹ ਪਿੰਡ ਹੈ। ਸਤਿ ਸ਼੍ਰੀ ਅਕਾਲ ਬਾਪੂ ਜੀ। ਹਾਂਜੀ, ਦੱਸੋ ਕੀ ਹਾਲ ਚਾਲ ਹੈ ਜੀ? ਠੀਕ ਹੈ, ਵਧੀਆ। ਔਰ ਇਲੈਕਸ਼ਨ ਚੱਲ ਰਿਹਾ ਜੀ ਸਾਰੇ ਪੰਜਾਬ ਦੇ ਵਿੱਚ, ਤਾਂ ਤੁਸੀਂ ਵੀ ਖਬਰਾਂ ਬਹੁਤ ਸਾਰੀਆਂ ਸੁਣ ਰਹੇ ਹੋਵੋਗੇ, ਕੀ ਮਾਹੌਲ ਲੱਗ ਰਿਹਾ ਜੀ? ਠੀਕ ਹੈ, ਚੱਲ ਰਿਹਾ, ਵਧੀਆ ਹੋ ਰਿਹਾ, ਜਿਹੜਾ ਚੱਲ ਰਿਹਾ ਵਧੀਆ ਹੋ ਰਿਹਾ। ਤੁਸੀਂ ਇਸੇ ਪਿੰਡ ਦੇ ਰਹਿਣਗੇ ਜੀ? ਹਾਂ ਜੀ। ਵਿਕਾਸ ਹਰ ਵਾਰੀ ਮੁੱਦਾ ਰਹਿੰਦਾ, ਇੱਕ ਵੱਡਾ ਵਿਕਾਸ ਕਰਾਂਗੇ, ਰੁਜ਼ਗਾਰ ਦੇਵਾਂਗੇ, ਬੜੇ ਵਾਅਦੇ ਕੀਤੇ ਜਾਂਦੇ ਨੇ, ਤਾਂ ਤੁਹਾਡੇ ਲਈ ਮੁੱਦਾ ਕੀ ਹੈ ਇੱਥੋਂ ਦੇ, ਜਿਹੜੇ ਤੁਹਾਡੇ ਪਿੰਡ ਦੇ ਹੋਵੇ ਜਾਂ ਤੁਹਾਡੇ ਸ਼ਹਿਰ ਦਾ? ਇਹ ਨਾ ਕੋਈ ਨਹੀਂ ਕਿਸੇ ਦਾ ਕਰਦਾ ਹੈ, ਤਾਂ ਆਪਣੇ ਆਪਣੇ ਕੁਰਸੀ ਨੂੰ ਰੋ ਰਹੇ ਹਾਂ ਸਭ। ਹੋਰ ਕਿਹਾ, ਕੋਈ ਸਿਆਸਤਦਾਨ ਤੋਂ ਕਿਸਦੇ ਨਹੀਂ ਹੈ। ਚਾਰ ਪਾਰਟੀਆਂ ਨੇ, ਪਹਿਲਾਂ ਦੋ ਹੁੰਦੀਆਂ ਸੀ ਪੰਜਾਬ ਦੇ ਵਿੱਚ ਜੀ, ਫਿਰ ਆਮ ਆਦਮੀ ਪਾਰਟੀ ਆਈ ਹੈ, ਕਿਸਾਨਾਂ ਦੀ ਵੀ ਇੱਕ ਪਾਰਟੀ ਬਣੀ ਆ, ਤਾਂ ਕੀ ਲੱਗ ਰਿਹਾ ਕਿਹੜੀ ਪਾਰਟੀ ਦੀ ਇਸ ਵਾਰ ਹਵਾ ਲੱਗ ਰਹੀ ਹੈ ਤੁਹਾਨੂੰ? ਕੋਈ ਹਵਾ ਹਵਾ ਕੋਈ, ਸਭ ਕੀ ਇੱਕ ਸਭ ਇੱਕ ਜਿਹੇ ਹੋ, ਸਾਰੇ ਵੋਟਾਂ ਸਾਰਿਆਂ ਪਊਂਗੀਆਂ, ਹੋਊਗਾ ਸਾਰੇ ਕੁਛ ਹੈ ਜੀ, ਸਾਰੇ ਇੱਕੋ ਜਿਹਾ, ਕਿਸੇ 'ਤੇ ਭਰੋਸਾ ਨਹੀਂ ਦਾ? ਹੁਣ ਤੱਕ ਕਿਸੇ ਨੂੰ ਵੋਟ ਤਾਂ ਪਾਉਂਦੇ ਰਹੇ ਹੋਵੋਗੇ? ਚੱਲ ਵੋਟ ਪਾਟ ਤਾਂ ਚੱਲ ਪਾ ਦੀ ਗੀਰ ਪੈ ਗਈ। ਕੀ ਸੋਚ ਰਹੇ ਹੈ ਜੀ? ਹਾਂਜੀ, ਬਦਲਾਅ ਵਾਸਤੇ ਜਾਣਾ ਜੀ ਤੁਹਾਡਾ? ਸੋਹਣ ਸਿੰਘ ਹੈ ਜੀ। ਸੋਹਣ ਸਿੰਘ, ਔਰ ਬਦਲਾਅ ਦੀ ਗੱਲ ਹਰ ਵਾਰੀ ਹੁੰਦੀ ਹੈ ਜੀ ਕਿ ਕੋਈ ਚੇਂਜ, 2017 ਦੇ ਵਿੱਚ ਵੀ ਇੱਕ ਲੱਗ ਰਿਹਾ ਸੀ, ਇਸ ਵਾਰ ਕਿਵੇਂ ਦੇਖ ਰਹੇ ਹੋ? ਸਾਡੇ ਪਿੰਡ ਤਾਂ ਜੀ ਸਾਡੇ ਬਾੜੇ ਦੇ ਮਗਰ ਜੀ, ਜੱਦੀ ਜਿਹੜੇ ਰਸਤੇ ਪਹਿਲੇ ਪਏ ਹੈ, ਲਾਲ ਲਕੀਰ ਦੇ ਪਹਿਲੇ ਰਸਤੇ ਪਏ ਹੈ, ਉਹ ਨਹੀਂ ਹੁਣ ਤੱਕ ਜੀ ਕਿਸੇ ਵੀ ਸਰਕਾਰ ਨੇ, ਅਕਾਲੀ ਵਾਲਿਆਂ ਨੇ ਨਹੀਂ ਪੱਕੇ ਕਰਕੇ ਦਿੱਤੇ, ਸਾਡੇ ਨਾਲੇ ਨਹੀਂ ਪੱਕੇ ਕਰਕੇ ਦਿੱਤੇ, ਹਰੇਕ ਕਹਿੰਦੇ ਨੇ ਹਾਂ ਜੀ ਅਸੀਂ ਕਰਾਂਗੇ ਅਸੀਂ ਕਰਾਂਗੇ, ਪਰ ਕਰਿਆ ਕਿਸੇ ਨੇ ਨਹੀਂ ਹੁਣ ਤੱਕ। ਖਾਸ ਤੌਰ 'ਤੇ ਇਹੀ ਵੱਡਾ ਮੁੱਦਾ ਹੈ ਪ੍ਰੋਪਰਟੀ ਦਾ ਤੁਹਾਡੇ ਵੱਡੇ, ਸਾਡੇ ਜਿਹੜੇ ਸਕੂਲ ਹੈ ਕੋਈ ਅਪਗ੍ਰੇਡ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ, ਜਿਹੜੇ ਸਕੂਲਾਂ ਦੇ ਬੱਚੇ ਪੜ੍ਹਦੇ ਤੇ ਉਹਨਾਂ ਦਾ ਕੋਈ ਉਹ ਨਹੀਂ ਹੁੰਦਾ ਜੀ, ਸਾਰੇ ਆ ਕੇ ਵੱਡੇ ਵੱਡੇ ਸਕੂਲਾਂ ਆ, ਦੇਖੋ ਠੇਕਾ ਸਾਹਮਣੇ ਖੁੱਲ੍ਹਿਆ ਵਾ ਜੀ, ਪਿੰਡ ਦੇ ਨਾਲ ਹੈ, ਹਸਪਤਾਲ ਦੇ ਨਾਲ ਹੈ, ਇਹ ਵੀ ਤਾਂ ਰਾਜਨੀਤਿਕ ਪਾਰਟੀਆਂ ਦੇ ਠੇਕੇ ਨੇ, ਕਿਹੜੇ ਹੋਰ ਆਉਂਦੇ ਨੇ ਜੀ? ਠੀਕ ਨੇ, ਹਰੇਕ ਪਾਰਟੀ ਆਉਂਦੀ ਆ, ਹਰੇਕ ਪਹਿਲਾਂ ਕੁਲਵੰਤ ਵੀ 5 ਸਾਲ ਰਹਿ ਲਿਆ, ਇਹਨਾਂ ਨੇ ਵੀ ਬਥੇਰੇ ਸਾਨੂੰ ਕਿਹਾ ਵੀ ਹਾਂ ਅਸੀਂ ਤੁਹਾਡੇ ਨਾਲ ਪੱਕੇ ਕਰਾਂਗੇ, ਕੋਈ ਕਿਸੇ ਨੇ ਨਹੀਂ ਕਰਿਆ, ਨਾ ਅਕਾਲੀਆਂ ਨੇ ਕਰਿਆ, ਨਾ ਆਮ ਪਾਰਟੀਆਂ ਨੇ, ਇਹਨਾਂ ਨੇ ਕਰਿਆ, ਕਾਂਗਰਸੀਆਂ ਨੇ, ਹੁਣ ਅਜੀਤੀ ਸਾਹਿਬ ਵੀ ਕਈ ਵਾਰ ਆ ਲਿਆ ਜੀ ਸਾਡੇ ਉਰੇ, ਕਰਾਂਗੇ ਕੋਈ ਨਹੀਂ ਕਰਦਾ। ਕਿਉਂਕਿ ਜੇ ਸੈਕਟਰਾਂ ਦਾ ਹਾਲ ਵੇਖਦੇ ਤਾਂ ਠੀਕ ਆ ਪਿੰਡਾਂ ਨਾਲੋਂ, ਪਿੰਡ ਜਿਹੜੇ ਨੇ ਤੁਹਾਡੇ ਉਹਨਾਂ ਵੱਲ ਲੱਗਦਾ ਇਗਨੋਰ ਗਨਗੌਲਿਆਂ ਕੀ? ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਅੰਦਰ ਬਾਜੀ ਗਲੀਆਂ 'ਚ ਨਿਕਲ ਨਹੀਂ ਹੁੰਦਾ ਜੀ, ਇੰਨਾ ਗੰਦ ਪਿਆ ਜੀ। ਅਕਸਰ ਅਸੀਂ ਸਾਰੇ ਪਿੰਡਾਂ ਦੇ ਹਾਲ ਦੇਖਦੇ ਹਾਂ, ਪਿੰਡਾਂ ਨੂੰ ਅਕਸਰ ਇਗਨੋਰ ਕੀਤਾ ਜਾਂਦਾ ਰਿਹਾ, ਪਿੰਡਾਂ 'ਚ ਵੀ ਵੋਟਰ ਨੇ, ਪਿੰਡਾਂ 'ਚ ਵੀ ਲੋਕ ਵੱਸਦੇ ਨੇ ਜੀ, ਸੈਕਟਰਾਂ 'ਚ ਵੀ, ਸੈਕਟਰਾਂ 'ਚ ਸਗੋਂ ਘੱਟ ਵੱਧ ਹੀ ਰਹਿੰਦੀ ਹੋਣੀ। ਹਾਂਜੀ ਹਾਂਜੀ,
उरे पिंड जाके तुसी आप चेक कर लो जी गलियां दा क्या हाल है, लंघ नहीं हुंदा बाई बाई गलियां ते ओह हैगे ने जिहड़े जिहड़ियां पार्टियां कहिंदियां ने कि गलियां नालियां दा विकास अज तक नहीं होया 70 सालां तों नहीं, पर होर कोई हस्पतालां दा कोई कासे दा कोई अरेंजमेंट दा नहीं करदे जी, ना पढ़ाई वास्ते बच्चियां नूं करदे ने, हरेक जिथे चार बंदे देखदे ने उत्थे उन्हां नूं ही कह दिंदे ने हाँ जी साडा काम है, असीं ओह चार बंदे काम करा लैने, असीं किसी पार्टी दे पिछे जांदे नहीं, असीं किसे दे झेप समझदे नहीं, मतलब जिहड़े जिहड़े नेड़े इलाके रहण वाले हुंदे आ जां उहनां दे काम होंदे आ जी, साडे कोई काम नहीं होंदे, साडे कोई काम नहीं होंदे जी, ਸਾਡੇ ਤਾਂ ਅਜੇ ਵੀ ਲੋਕ ਇੱਟਾਂ ਭਰੇ ਫਸੇ ਹੋਏ ਆ ਲੋਕ ਵੀ ਇੱਥੇ ਕਦੇ ਨੇ ਲੋਕ ਇੱਟ ਲਾਤੀ ਕਿਸੇ ਨੇ ਸਿੱਧੀ ਇੱਟ ਲਾਤੀ, ਸ਼ਹਿਰ ਮੰਨਿਆ ਜਾਂਦਾ ਬਾਹਰੋਂ ਆ ਕੇ ਵੀ ਬਹੁਤ ਲੋਕ ਵੱਸ ਰਹੇ ਨੇ, ਦਿਨੋ ਦਿਨ ਡਿਵੈਲਪਮੈਂਟ ਹੋ ਰਹੀ ਹੈ, ਥੋੜ੍ਹੀ ਮੋਟੀ ਇੰਡਸਟਰੀ ਆ ਰਹੀ ਹੈ, ਪਰ ਉਹਦਾ ਮਤਲਬ ਤੁਹਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਲੋਕਲ ਲੋਕ ਜਿਹੜੇ ਨੇ ਜੀ ਕੋਈ ਕੁਛ ਨਹੀਂ, ਕਿਸੇ ਨੂੰ ਕੋਈ ਨੌਕਰੀ ਨਹੀਂ, ਕਿਸੇ ਨੂੰ ਕੋਈ ਕੁਛ ਨਹੀਂ ਲੈਣ ਨਹੀਂ ਦੇਣ ਜੀ, ਬੜੇ ਲੋਕ ਬੜੇ ਬੜੇ ਹੀ ਹੈ ਜਿਹੜੇ ਗਰੀਬ ਹੈ, ਗਰੀਬ ਉਹਦੇ ਵਿਚਾਰੇ ਰੇਹੜੀਆਂ ਖੜਾਉਂਦੇ ਆ, ਉਹਨਾਂ ਨੂੰ ਵੀ ਨਹੀਂ ਖੜ ਦਿੰਦੇ ਰੇਹੜੀਆਂ ਦਾ, 10 ਰਾਜਾਂ ਦੇ ਲੋਕ ਘੱਟੋ ਘੱਟ ਇੱਥੇ ਵੱਸਦੇ ਹੋਣੇ ਆ, ਪਰ ਤੁਸੀਂ ਕਹਿੰਦੇ ਹਜੇ ਗਲੀਆਂ ਨਾਲੀਆਂ ਵਾਲੀ ਸਮੱਸਿਆ ਪਈ ਹੋਈ ਹੈ, ਪਈ ਹੋਈ ਹੈ ਜੀ, ਦੇਖ ਮੌਕਾ ਦੇਖ ਸਕਦੇ ਹਾਂ ਜੀ, ਮੌਕੇ ਪਰ ਜਾ ਕੇ ਦੇਖ ਸਕਦੇ ਹੋ ਤੁਸੀਂ, ਮੈਂ ਸਾਰੇ ਪਿੰਡਾਂ ਤਾਂ ਹੀ ਪਿੰਡਾਂ ਦੇ ਵਿੱਚ ਅਸੀਂ ਆਏ ਹਾਂ ਜੀ, ਹਾਂਜੀ ਹਾਂਜੀ, ਪਿੰਡਾਂ ਦੇ ਲੋਕ ਕੀ ਸੋਚਦੇ, ਬਦਲਾਅ ਚਾਹੀਦਾ ਜੀ, ਹੁਣ ਨਵੀਂ ਪਾਰਟੀ, ਹੁਣ ਸਾਡੀ ਜ਼ਿਮੀਦਾਰਾਂ ਦੇ ਖੜੇ ਹਾਂ, ਜ਼ਿਮੀਦਾਰਾਂ ਨੂੰ ਮੌਕਾ ਦਿਓ, ਜ਼ਿਮੀਦਾਰਾਂ ਨੂੰ ਚਾਹੀਦਾ, ਜ਼ਿਮੀਦਾਰਾਂ ਨੂੰ ਖੜਨਾ, ਕਿਸਾਨਾਂ ਵਾਲੀ ਪਾਰਟੀ, ਕਿਸਾਨਾਂ ਵਾਲੀ ਪਾਰਟੀ, ਕਿਸਾਨਾਂ ਨੇ ਸੰਘਰਸ਼ ਉੱਥੇ ਲੜਿਆ, ਕਿਹੜੀ ਪਾਰਟੀਆਂ ਜਾ ਕੇ ਖੜੀਆਂ ਜੀ ਉੱਥੇ, ਕਿਸਾਨੇ ਖੜੇ ਹੈ, ਅਸੀਂ ਜਾ ਕੇ ਬੈਠੇ ਹਾਂ ਉੱਥੇ, ਰਾਤਾਂ ਨੂੰ ਥੱਲੇ ਵੀ ਰੁੜਕੇ ਹੈ, ਏਰੀਏ 'ਚ ਵੀ ਇਸ ਵਾਰ ਤਾਂ ਵੱਡਾ ਯੋਗਦਾਨ ਰਿਹਾ, ਹਾਂਜੀ ਹਾਂਜੀ ਰਿਹਾ ਜੀ, ਔਰ ਤੁਸੀਂ ਕਹਿੰਦੇ ਹੋ ਕਿ ਬਦਲਾਅ ਇੱਕ ਵਾਰੀ ਮੌਕਾ ਆਪਦੀ ਪਾਰਟੀ ਕਿਸਾਨਾਂ ਨੇ ਜਿਹੜੀ ਬਣਾਈ ਉਹਨੂੰ ਵੀ ਦੇਣਾ ਚਾਹੀਦਾ ਜੀ, ਉਹਨਾਂ ਨੂੰ ਵੀ ਚਾਹੀਦਾ, ਉਹ ਵੀ ਵਿਚਾਰੇ ਮਰੇ ਉੱਥੇ ਸਾਲ ਸਵਾ ਸਾਲ ਬੈਠੇ ਨੇ, ਉਹਨਾਂ ਨੂੰ ਵੀ ਚਾਹੀਦਾ, ਤੁਸੀਂ ਵੀ ਬਾਈ ਨੌਜਵਾਨ ਹੋ, ਕੀ ਸੋਚਦੇ ਹੋ ਤੁਸੀਂ? ਮੈਂ ਸੋਚਣਾ ਕਿਆ ਵੀਰੇ, ਇਹ ਤਾਂ ਜਿਹੜੀ ਰਵਾਇਤੀ ਪਾਰਟੀ ਆ ਨਾ, ਇਹ ਉੱਦਾਂ ਹੀ ਚੱਲਦੀਆਂ ਆ ਰਹੀਆਂ ਆ, ਸਾਡੇ ਕੋਲ ਤਾਂ ਮੈਂ ਕਹਿੰਦਾ ਜਵਾਨ ਨਹੀਂ ਪਰ 50-55 ਸਾਲ ਦੀ ਉਮਰ ਹੋ ਗਈ, ਸਾਨੂੰ ਤਾਂ 2-4 ਚਿਹਰੇ ਦਿਖਦੇ ਆ ਇੱਥੇ, ਕਾਂਗਰਸ ਦਾ ਵੀ ਉਹੀ ਦਿਖਦਾ, ਅਕਾਲੀਆਂ ਦਾ ਵੀ ਉਹੀ ਦਿਖਦਾ, ਹੋਰ ਤੀਜੀਆਂ ਕੋਈ ਨਾ ਕੋਈ ਦਿਖਿਆ ਇੱਥੇ। ਅੱਛਾ ਨੰਬਰ ਤਾਂ ਸਭ ਤੋਂ ਵੱਡੀ ਗੱਲ ਇਹ ਹੈ, ਅਸੀਂ ਲੋਕ ਇੱਥੇ ਦੇ ਹਾਂ, ਸਾਡੇ ਇਲਾਕੇ ਦਾ ਕੋਈ ਨੁਮਾਇੰਦਾ ਹੀ ਨਹੀਂ ਹੁੰਦਾ, ਬਾਹਰੀ ਸਾਰੇ ਆ ਜਾਂਦੇ, ਹਾਂ ਕੋਈ ਭੱਟੀ ਤੋਂ, ਕੋਈ ਅੰਮ੍ਰਿਤਸਰ ਤੋਂ, ਕੋਈ ਫਿਰੋਜ਼ਪੁਰ ਤੋਂ, ਪਾਰਟੀਆਂ ਤਾਂ ਐਂ ਕਹਿੰਦੀਆਂ ਨੇ ਜੀ ਵੱਡੇ ਵੱਡੇ ਬਿਜ਼ਨਸਮੈਨ ਆ ਜਿਹੜੇ ਉਹ ਉਤਾਰੇ ਜਾਂਦੇ ਨੇ ਇੱਥੋਂ, ਜਿਹੜੇ ਅਮੀਰ ਲੋਕ ਨੇ, ਜਿਹੜੇ ਕਹਿ ਲਓ ਕਿ ਕਾਰਪੋਰੇਟ ਲੋਕ ਨੇ, ਫਿਰ ਅਮੀਰ ਲੋਕ ਅਮੀਰਾਂ ਦੇ ਕੰਮ ਕਰਦੇ, ਸਾਡਾ ਕੀ ਕਰਨਾ ਉਹਨਾਂ ਨੇ ਇੱਥੇ ਦਾ, ਜਦੋਂ ਸਾਡੇ ਨਾਲ ਵਿਚਰਦੇ ਨਹੀਂ, ਸਾਨੂੰ ਜਾਣਦੇ ਨਹੀਂ, ਬੁੱਝਦੇ ਨਹੀਂ, ਸਾਡਾ ਕੰਮ ਕੀ ਕਰਨਾ ਉਹਨਾਂ ਨੇ? ਤੁਸੀਂ ਫਿਰ ਕਦੇ ਇਕੱਠੇ ਹੋ ਕੇ ਰਹਿ ਨਹੀਂ ਬਣਾਈ ਕਿ ਯਾਰ ਕਿਉਂ ਨਾ ਇੱਥੋਂ ਦਾ ਹੀ ਨੁਮਾਇੰਦਾ ਕੋਈ ਆਮ ਉਹਨੂੰ ਹੀ ਜਿਤਾਇਆ ਜਾਵੇ? ਜਿਹੜੇ ਇੱਕ ਦੋ ਨੁਮਾਇੰਦੇ ਹੋਏ ਆ ਨਾ ਇੱਥੇ, ਗੱਲ ਇਹ ਹੈਗੀ ਲੋਕ ਮਰਦੇ ਆ ਪਾਰਟੀ ਪਿੱਛੇ, ਪਾਰਟੀ ਜਾਂ ਜਿੰਨੀ ਮਰਜ਼ੀ ਗੰਦੇ ਹੋਏ ਲੋਕ ਜਾ ਕੇ ਪਾਰਟੀ ਨੂੰ ਵੋਟ ਪਾਉਂਦੇ ਆ, ਹੁਣ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਿਸਾਨ ਮੋਰਚੇ ਵਾਲੇ ਹੈ, ਚੱਲ ਲੋਕ ਕਹਿੰਦੇ ਬਦਲਾਵ ਹੋਣਾ ਚਾਹੀਦਾ ਵੀ ਹਾਂ ਵੀ ਚਲੋ ਇਹਨਾਂ ਨੂੰ ਵੋਟਾਂ ਪਾ ਦਿਓ, ਪਰ ਨੁਮਾਇੰਦਾ ਤਾਂ ਦੇਖਦਾ ਬੰਦਾ, ਹੁਣ ਲੋਕ ਉਹ ਨਹੀਂ ਰਹੇ ਪਹਿਲਾਂ ਵਾਲੇ ਗੱਲਾਂ ਵੀ ਹਾਂ ਵੀ ਆਹ ਤੱਖੜੀ ਨੂੰ ਵੋਟ ਪਾਤੀ, ਕਾਂਗਰਸ ਨੂੰ ਵੋਟ ਪਾਤੀ, ਹੁਣ ਪਹਿਲਾਂ ਅਲਾ ਪਹਿਲਾਂ ਇਹ ਵੀ ਦੇਖਦਾ ਵੀ ਨੁਮਾਇੰਦਾ ਕੌਣ ਖੜਿਆ ਇੱਥੇ, ਇਹਦੀ ਆਪਣੀ ਕਿਆ ਪਹਿਚਾਣ ਹੈ ਇਹਦੀ? ਬਲਵੀਰ ਸਿੱਧੂ ਤੁਹਾਡੇ ਪਿਛਲੀ ਵਾਰ ਰਹੇ ਮੰਤਰੀ ਤੋਂ ਹਟਾ ਦਿੱਤਾ ਗਿਆ, ਇਲਜ਼ਾਮ ਲੱਗਦੇ ਰਹੇ ਕਰਪਸ਼ਨ ਦੇ, ਇੱਦਾਂ ਦਾ ਹੋਇਆ ਕੁਛ? ਬਿਲਕੁਲ ਹੁੰਦੇ ਰਹੇ ਹੈ, ਐਡੇ ਐਡੇ ਇਲਜ਼ਾਮ ਲੱਗੇ ਹੈਗੇ, ਕੋਈ ਕਿਸੇ ਨੇ ਕੋਈ ਉਹ ਨਹੀਂ ਵਿਚਰਿਆ ਹੈਗਾ, ਫਿਰ ਇੱਕ ਹੋਰ ਨਾ ਤੁਸੀਂ ਜਦ ਆਪਣੇ ਪਰਿਵਾਰ ਨੂੰ ਇਹ ਲਿਆਈ ਜਾਊਂਗੇ ਨਾ ਅੱਗੇ, ਤੁਹਾਡੇ ਪਰਿਵਾਰ 'ਚ ਵੀ ਮਿਲਦੇ ਆ ਬੰਦੇ, ਹਾਂ ਵੀ ਇੱਥੇ ਤਾਂ ਆ ਕੇ ਮੇਅਰ ਵੀ ਤੁਹਾਡੇ ਪਰਿਵਾਰ 'ਚੋਂ ਬਣੇਗਾ, ਤੁਹਾਡੀ ਫੈਮਿਲੀ 'ਚੋਂ ਹੀ ਬਣਨਗੇ, ਹੋਰ ਕੋਈ ਬੰਦਾ ਜਿਹੜੀ ਇੱਥੇ ਦੁਨੀਆ ਪਬਲਿਕ ਫਿਰਦੀ ਉਹਨਾਂ 'ਚੋਂ ਕੋਈ ਹੈ ਨਹੀਂ, ਮਤਲਬ ਪਰਿਵਾਰਵਾਦ ਦਾ ਜਿਹੜਾ ਕਬਜ਼ਾ ਹੈਗਾ? ਬਿਲਕੁਲ ਬਿਲਕੁਲ ਉਹਨਾਂ ਦਾ ਹੀ ਕਬਜ਼ਾ ਹੈਗਾ ਵੀਰੇ, ਇੱਥੇ ਕੋਈ ਹੋਰ ਨਹੀਂ ਆ ਜਾ ਕੇ, ਸਾਡੇ ਤਾਂ ਪਤਾ ਕਿਆ ਸਾਨੂੰ ਲੋਕ ਕਹਿੰਦੇ ਤੁਸੀਂ ਸ਼ਹਿਰੀ ਹੋ ਗਏ, ਤੁਸੀਂ ਸ਼ਹਿਰ ਦੇ ਵਿੱਚ ਆ ਗਏ, ਪਰ ਮੈਂ ਕਹਿੰਦਾ ਜਿੰਨਾ ਨਰਕ ਅਸੀਂ ਭੋਗ ਰਹੇ ਕੋਈ ਵੀ ਨਹੀਂ ਭੋਗਦਾ ਹੋਣਾ, ਪਿੰਡਾਂ ਵਾਲੇ ਚੱਲ ਇਹ ਤਾਂ ਖੁਸ਼ਹਾਲ ਹੈ ਕਿ ਵੀ ਹਾਂ ਪਿੰਡਾਂ 'ਚ ਬੈਠੇ ਆ, ਹਰਿਆਲੀ ਹੈਗੀ, ਨਾ ਤਾਂ ਇੱਥੇ ਜਾ ਕੇ ਅੰਦਰ ਜਾ ਕੇ ਦੇਖੋ ਤੁਸੀਂ ਪਿੰਡਾਂ ਦੇ ਵਿੱਚ, ਤੁਸੀਂ ਵੜ ਕੇ ਦਿਖਾਓ ਸਾਡੇ ਪਿੰਡ ਦੇ ਵਿੱਚ, ਨਾਲੀਆਂ ਦਾ ਉਹੀ ਹਾਲ ਹੈਗਾ, ਕੋਈ ਮਹੀਨਾ ਸਫਾਈ ਨਹੀਂ ਹੁੰਦੀ, ਕਮੇਟੀ ਦੇ ਅੰਡਰ ਨਾਲੇ ਪਿੰਡ ਇਹ ਸੀਵਰੇਜ ਦਾ ਉਹ ਤੋਂ ਬਣਦਾ ਹਾਲ ਹੈਗਾ। ਬਿਲਕੁਲ ਜੀ, ਤਾਂ ਬਿਲਕੁਲ ਇਹ ਅਨਕੱਟ ਹੈ, ਔਰ ਇਸੇ ਕਰਕੇ ਹੀ ਜਾਣਨਾ ਚਾਹੀਦਾ ਪੰਜਾਬ ਦੇ ਹਰ ਪਿੰਡ ਦਾ ਹਾਲ। ਮੋਹਾਲੀ ਤੋਂ ਸ਼ੁਰੂ ਕੀਤਾ ਔਰ ਮੋਹਾਲੀ ਵੱਡਾ ਸ਼ਹਿਰ ਹੈ, ਵੱਡਾ ਸ਼ਹਿਰ ਹੈ ਔਰ ਬਿਲਕੁਲ ਕੇਂਦਰ ਦੇ ਵਿੱਚ ਇਹ ਪਿੰਡ ਹੈ, ਔਰ ਲੋਕਾਂ ਦੀ ਜ਼ਬਾਨੀ ਹੈ ਜੋ ਕੁਛ ਕਹਿ ਰਹੇ ਨੇ, ਤਾਂ ਇੱਧਰ ਹੋਰ ਵੀ ਜਿਹੜੇ ਸਾਡੇ ਨਾਲ ਖੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਲੱਗਦਾ ਜੀ ਇਸ ਵਾਰ ਮਾਹੌਲ, ਜਿਸ ਤਰ੍ਹਾਂ ਬਾਈ ਹਰਾਂ ਨੇ ਗੱਲ ਕੀਤੀ, ਤੁਹਾਨੂੰ ਕਿਵੇਂ ਲੱਗਦਾ ਕੁਛ ਹੋਰ? ਇਸ ਟਾਈਮ ਮਾਹੌਲ ਦੇਖੋ ਜੀ, ਹੁਣ ਤੁਹਾਨੂੰ ਪਤਾ ਹੀ ਹੈ ਗਰੀਬ ਆਦਮੀ ਵੋਟਾਂ ਪਾਉਣ ਯੋਗਾ ਰਹਿ ਗਿਆ, ਬਸ ਗਰੀਬ ਆਦਮੀ ਵੋਟਾਂ ਪਾਉਣ ਯੋਗਾ ਰਹਿ ਗਿਆ, ਰਾਜਨੀਤੀ ਇਹਨਾਂ ਦੀ ਹੈ, ਰਾਜਨੀਤੀ ਇਹ ਕਰਦੇ ਹਾਂ ਗਰੀਬ ਇਹਦਾ ਵੋਟਾਂ ਪਾਉਣ ਵਾਸਤੇ। ਤਾਂ ਜੀ ਇਹ ਜਿਹੜੇ ਮੋਹਾਲੀ ਦੇ ਲੋਕ ਨੇ, ਮੋਹਾਲੀ ਦੇ ਲੋਕਾਂ ਦੇ ਨਾਲ ਅਨਕੱਟ ਗੱਲ ਕਰ ਰਹੇ ਹਾਂ, ਤਾਂ ਗੱਲ ਇੱਥੇ ਮੁੱਕਦੀ ਹੈ ਜੀ ਕਿ ਇਸ ਵਾਰ ਕੀ ਹੋਏਗਾ ਬਦਲਾਅ? ਇਸ ਵਾਰ ਚਾਰ ਪਾਰਟੀਆਂ ਨੇ ਪੰਜਾਬ ਦੇ ਵਿੱਚ ਚੋਣਾਂ ਲੜ ਰਹੀਆਂ, ਲੱਗਦਾ ਕਿਹਦੇ ਤੋਂ ਆਸ ਉਮੀਦ ਤੁਸੀਂ ਕਰ ਸਕਦੇ ਹੋ? ਨੀਚੇ ਦੇਖੋ ਜੀ, ਸਾਰੇ ਵਾਅਦੇ ਕਰ ਰਹੇ ਹਾਂ ਪੂਰੇ, ਅਸੀਂ ਕਰਾਂਗੇ ਬਾਕੀ ਕਰਨ ਦੇ
आस किसे तो नहीं होर भी इत पिंड जो लोग ने और जी आखिर कहना जी आखिर तो यही है सारे बंदे कोई कहना 1000 रुपया ले लो कोई कहना जी उस दूजे दिन आके कहना जी 2000 रुपया ले लो कोई कहना जी स्कूटी ले लो कोई कहना भी हाँ रुजगार ले लो कोई आ मुंडे खड़े इन्ने मैं थोड़ा इतना 100 मुंडा इतना इकट्ठा खड़ा कर देना जिन्होंने डिप्लोमा किया इंजीनियरिंग की बेरोजगार घूम रहे हैं कोई कहना भी हाँ भी रुजगार ले लो किसी ने ना मैनीफेस्टो शामिल किया ना कोई वादा इन चीज़ों की तो गले ना साढ़े न कदे भी ना एजुकेशन की तो गले नहीं करे ठीक है ना डिवेलपमेंट की थोड़े गल नहीं करे रुजगार की थोड़े गल नहीं करे ये थोड़ा कहे 1000 रुपया ले लो 500 ले लो किसी को सूट दे दो किसी को साड़ी दे दो लगता जी फिर ऐतकी इन्हों जे वाद चाहोगे तुम या फिर वाकई जिम्मे बी जी कह रहे हैं कि रुजगार का मुद्दा होना चाहिए चाहिए जी रुजगार का तो मुद्दा चाहिए जी रुजगार तो मिलता ही किसी को नहीं जी किनू दत्या रुजगार केड़ी सरकार ने दत्या अज तक दसो तो सही भी हूँ तक अपने उही भाई बाद अपने रिश्तेदार नौकरियां छोकरियां दने हैं जी अपने आम गरीब आदमी दसो कि दत्ती है पता तो होना चाहिए हूँ चरणजीत चन्नी कह रहा मैं 36,000 पक्के करते ऐ करते दिखाओ तो सही केड़ा करे पक्का पता तो लगे भी केड़ा पक्का करे सारे तुसी कहने जुमले ही ने जिहड़े जुमले है बस जिस तरह 15 लाख मोदी ने पहला 15 लाख दे के जुमले देते इस तरह ये दे रहे जी जुमले सारा को जुमले लोग कह रहे ने अनकट है तुसी देख रहे हो कि जिहड़े लारे ही ने और जिहड़ा हकीकत दे विच कुछ भी नहीं हैगा होर भी अगे आप चलते हैं दुकानदारां दे नाल भी गल कर लैने इत्थे कुछ दुकाना ने उन्हां तों भी जान लैने आ कि वह की सोचते हैं तो एक दुकान दे आपां अंदर आए हैं जी गलबात करते हैं और दुकानदार दे बारे भी ऐतकी ये गल चल रही है कि लगातार जिहड़ा लॉकडाउन आ उहने बड़ा माड़ा असर पाया जिहड़ी आर्थिकता सीगी जिहड़े आर्थिक हालात ते क्योंकि दुकाना बंद हो गई लॉकडाउन बंद रहा लोगों ने काम करवाया नहीं लोगों को पैसा नहीं सीगा और दुकानदारां दी की हालत है और चुनाव भी सिर ते ने जी कोरोना चो भी निकले हो की लग रहा अगे भी जिहड़ा सियासत नूं किवें देख रहे बस सियासत की है सारे एको जिहे ने एको कैटागरी वाले सारे किसी कोई फर्क नहीं है एक आ जाता दूआ चल जाता पार्टियां बदल जाते है सारे एको जिहे ने इस बार 3-4 धिर हो गई पंजाब की सियासत उम्मीद इन्होंने को हूँ देना चाहिए आम आदमी पार्टी मौका झाड़ू वाले सब एको ही कैटागरी है किसी की सुनते नहीं हूँ इन्हें इलेक्शन टाइम हूँ नहीं आना हाथ जोड़ने उस तो बाद हाथ जोड़ने ही है बस किसी का कम नहीं करना उन्होंने कि लगता जी उन्होंने भी ऐतकी वादे काफ़ी किए ने कि जिमें पिछे से गल कर देंगे 1000 रुपया दे देंगे ज बिजली फ्री कर देंगे चलो देने इन्होंने भी की देना जी दिते लारे तो इन्होंने वादे ने पहले ने अज तक लारे ही लाए ने किसी ने दिता तो किसी ने भी नहीं है तुम कहने भी एक बार बदलाव हो जाए कांग्रेस के अकाली दल तो सिवाए नवी पार्टी भी पार्टी आनी चाहिए है लुटी जाते हैं असर पिया जरूर कोरोना का करके काम कार जिहड़े उदा दे ने काम कार काफी कह सकते हैं कि अच्छे नहीं चल रहे चंगे तरीके नाल नहीं चल रहे एक दुकान दे होर विच है जी इन्हां तों जानदे आ कि कहिंदा सियासी माहौल दुकानदारां ते भी क्योंकि दुकानदारां दी जदों गल कोई भी सियासी पार्टी करती है तो वह व्यापारी दुकानदार किसान मजदूर चारों नूं विच लैके करती है कि असीं सारिआं दा जिहड़ा विकास करना सारिआं दे लई डिवेलपमेंट करनी है तो दुकानदार एक्चुअल च की सोचदे ने दुकानदार साडे नाल ने सति श्री अकाल जी की नाम है जी अमृतपाल की सोचदे हो जी तुसीं दुकानदारां दे नां ते सियासत हुंदी रही है हुण तक कि दुकानदारां नूं भी सहूलतां दित्तियां जाणियां जां रिलैक्सेशन दित्ती जाऊगी टैक्सां दे विच तां लगदा है कुछ तुहानूं पहला जिन्हां नूं पाउंदे आए उन्हां ने कुछ वधिया कीता होवे जी तुहाडे लई
जिन्हें वोट पाया मतलब हम तक किसी ने लिस्ट होंगे रहे वोट और होर की लगता है जी जिस तरह के वादे चोन प्रचार के दरम्यान किए जाते हैं जां वड्डियां वड्डियां गल्लां जिहड़ियां वड्डे वड्डे जिहड़े दिते जाते हैं पिछली बार भी दिते गए सीगे पंजाब दे विच जिहड़ी सरकार आई सी नहीं पूरे होए मुख्यमंत्री बदले हुण की उम्मीदां ने हुण भी यही होना वादे कित्थे पूरे होने ने इन्ने वादे कित्थे होने ने नहीं होने बिल्कुल ਤਾਂ ਇਹ ਜਿਹੜਾ ਮਾਹੌਲ ਹੈ ਜੀ ਹੋਰ ਵੀ ਕੋਈ ਪਰਚੇਜ ਕਰਨ ਆਏ ਨੇ ਕਸਟਮਰ ਨੇ ਇਹਨਾਂ ਨਾਲ ਵੀ ਗੱਲ ਕਰ ਲੈਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਮਾਹੌਲ ਕਹਿੰਦਾ ਜੀ ਸਿਆਸਤ ਕੀ ਕਹਿੰਦੀ ਹੈ ਪੰਜਾਬ ਜੀ ਪੰਜਾਬ ਦੀ ਸਿਆਸਤ ਨੂੰ ਸਭ ਤੋਂ ਪਹਿਲਾਂ ਤਾਂ ਜੋ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਧੀ ਹੋਈ ਹੈ ਪੰਜਾਬ 'ਚ ਜਿਹੜੇ ਆਪਣੇ ਯੁਵਾ ਬੱਚੇ ਹੈ ਬਾਹਰ ਦੀ ਤਰਫ ਰੁੱਖ ਕਰ ਰਹੇ ਹੈ ਨਾ ਉਹਨਾਂ ਦੀ ਤਰਫ ਧਿਆਨ ਦੇਣਾ ਚਾਹੀਦਾ ਕਿ ਇੱਥੇ ਆਪਣੀ ਇੰਪਲੋਇਮੈਂਟ ਓਪਰਚੁਨਿਟੀ ਵਧਾਏ ਤਾਂ ਕਿ ਰੁਜ਼ਗਾਰ ਆਏ ਹੈ ਨਾ ਸਭ ਤੋਂ ਰੁਜ਼ਗਾਰ ਆਊਗਾ ਸਭ ਕੁਝ ਆਪਣਾ ਠੀਕ ਹੋਊਗਾ ਹੈ ਨਾ ਜਿਹੜੇ ਬੱਚੇ ਆਪਣੇ ਨਸ਼ੇ 'ਚ ਵੀ ਜਾ ਰਹੇ ਹੋ ਕਿਉਂ ਜਾ ਰਹੇ ਹੈ ਕਿਉਂਕਿ ਬੇਰੁਜ਼ਗਾਰੀ ਫੈਲ ਰਹੀ ਹੈ ਹੁਣ ਪੈਸੇ ਨਹੀਂ ਉਹਨਾਂ ਦੇ ਕੋਲ ਕੰਮ ਨਹੀਂ ਹੈ ਜੇ ਕੰਮ ਮਿਲੂਗਾ ਤਾਂ ਆਪਣੇ ਆਪ ਕੰਮ ਦੇ ਤਰਫ ਧਿਆਨ ਜਾਊਗਾ ਘਰ ਦੇ ਤਰਫ ਧਿਆਨ ਦਊਗੇ ਹੈ ਨਾ ਤਾਂ ਸਭ ਕੁਝ ਆਪਣਾ ਆਪ ਠੀਕ ਹੋਊਗਾ ਅਤੇ ਬੇਰੁਜ਼ਗਾਰੀ ਦਾ ਮੁੱਦਾ ਜੋ ਹੈ ਸਭ ਤੋਂ ਪਹਿਲਾਂ ਇਹ ਉਠਾਉਣਾ ਚਾਹੀਦਾ ਇਸ 'ਤੇ ਵਕਤ ਕੁਝ ਕੰਮ ਕਰਨਾ ਚਾਹੀਦਾ ਸਰਕਾਰ ਨੂੰ ਬਿਲਕੁਲ ਜੀ ਤਾਂ ਵੱਡਾ ਜਿਹੜਾ ਇਸ਼ੂ ਤੁਸੀਂ ਰੇਜ਼ ਕੀਤਾ ਇਹਦੇ ਨਾਲ ਹੀ ਜਿਹੜੇ ਵਾਅਦੇ ਹੋਰ ਕਰ ਲਏ ਜਾਂਦੇ ਨੇ ਕਿ 1000 ਰੁਪਈਆ ਜਾਂ ਬਿਜਲੀ ਦੇ ਬਿੱਲ ਮਾਫ ਹੋ ਜਾਣਗੇ ਰੁਜ਼ਗਾਰ ਦੀ ਗੱਲ ਬਹੁਤ ਘੱਟ ਥਾਵਾਂ 'ਤੇ ਹੁੰਦੀ ਹੈ ਔਰ ਤੁਸੀਂ ਉਸਨੂੰ ਮੁੱਦਾ ਮੰਨ ਰਹੇ ਹੋ ਕਾਇਮ ਹੋਣਾ ਚਾਹੀਦਾ ਤਾਂ ਫਿਰ ਇਸ ਵਾਰ ਸਿਆਸੀ ਪਾਰਟੀਆਂ 4 ਨੇ ਪੰਜਾਬ ਦੇ ਵਿੱਚ ਕਿਹੜੇ ਲੱਗਦਾ ਕਿ ਰੁਜ਼ਗਾਰ ਦੇ ਮੁੱਦੇ 'ਤੇ ਵਧੀਆ ਕੰਮ ਕਰ ਸਕਦੀ ਉਹਨੂੰ ਮੌਕਾ ਦੇਣਾ ਚਾਹੀਦਾ ਦੇਖੋ ਹਜੇ ਮਤਲਬ ਕਿ ਕਿਸੇ ਨਵੇਂ ਨੂੰ ਵੀ ਮੌਕਾ ਦੇਣਾ ਚਾਹੀਦਾ ਸਾਨੂੰ ਹੈ ਨਾ ਕਿ ਅਸੀਂ ਮਤਲਬ ਜਿੱਦਾਂ ਪਹਿਲੇ ਜਿੰਨੇ ਵੀ ਸਰਕਾਰਾਂ ਰਹੀਆਂ ਵਾਅਦੇ ਉਹਨਾਂ ਨੇ ਬਹੁਤ ਕੀਤੇ ਹਨ ਲੇਕਿਨ ਵਾਅਦਿਆਂ 'ਤੇ ਖਰੇ ਨਹੀਂ ਉਤਰਿਆ ਕੋਈ ਵੀ ਹੈ ਨਾ ਕਿਸੇ ਨੂੰ ਪੈਸੇ ਦੇਣਾ ਪੈਸੇ ਦੇ ਲਾਲਚ ਦੇ ਕੇ ਜੇ ਸਰਕਾਰ ਬਣਾਉਣੀ ਫਿਰ ਤਾਂ ਉਹਦਾ ਕੋਈ ਕੰਮ ਨਹੀਂ ਬਣੂਗਾ ਹੈ ਨਾ ਮੇਨ ਆਪਣੇ ਜਿਹੜੇ ਮੇਨ ਮੁੱਦੇ ਹੈ ਉਹਨਾਂ ਦੀ ਸੁਧਾਰ ਕਰਨਾ ਪਊਗਾ ਸਿੱਧੇ ਫ੍ਰੀ 'ਚ ਪੈਸੇ ਵੰਡਣ ਜਾਂ ਕੁਛ ਹੋਊਗਾ ਨਹੀਂ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਜਿਹੜੇ ਬੇਸਿਕ ਰਿਕੁਆਇਰਮੈਂਟਸ ਹੈ ਉਹ ਪੂਰੀ ਹੋਊਗੀ ਤਾਂ ਹੀ ਉਹਨਾਂ ਲਾਈਫ ਲੌਂਗ ਉਹਨਾਂ ਤਾਂ ਹੀ ਖਰਚੇ ਪੂਰੇ ਹੋਣਗੇ ਇੱਕ ਵਾਰ ਤੁਹਾਨੂੰ 1000 ਰੁਪਏ 2000 ਰੁਪਏ 4-5 ਸਾਲੀ ਦੇ ਦੂੰਗਾ ਉਹਨਾਂ ਨੂੰ ਜ਼ਿੰਦਗੀ ਨਹੀਂ ਚੱਲੂਗੀ ਹੈ ਨਾ ਲਾਈਫ ਟਾਈਮ ਦੇ ਲਈ ਲਾਈਫ ਟਾਈਮ ਲਈ ਅੱਗੇ ਤੱਕ ਇਹ ਜਨਰੇਸ਼ਨ ਜਿਹੜੀ ਆਊਂਗੀ ਨਵੀਂ ਪੀੜ੍ਹੀ ਆਊਂਗੀ ਉਹਨਾਂ ਦੇ ਲਈ ਕੁਛ ਕਰਕੇ ਜਾਣਾ ਚਾਹੀਦਾ ਹਾਂਜੀ ਜਿੱਦਾਂ ਕਿ ਨਵੀਂ ਇੰਡਸਟਰੀਜ਼ ਆਏ ਨਏ ਕੁਛ ਹੋਰ ਬਿਜ਼ਨਸ ਇਸਟੈਬਲਿਸ਼ ਹੋਏ ਹੈ ਨਾ ਬੇਰੁਜ਼ਗਾਰੀ ਖਤਮ ਹੋਏ ਤਾਂ ਕੰਮ ਲਈ ਬੱਚੇ ਲੱਗੇ ਸਾਰੇ ਤੋਂ ਅੱਗੇ ਤਾਂ ਅੱਗੇ ਨੈਕਸਟ ਟੂ ਨੈਕਸਟ ਜਨਰੇਸ਼ਨ ਵੀ ਜੋ ਹੈ ਇੱਥੇ ਅੱਗੇ ਤਰੱਕੀ ਕਰਿਆ ਜਿੱਦਾਂ ਪੰਜਾਬ ਜਿੱਦਾਂ ਪਹਿਲੇ ਅਸੀਂ ਕ੍ਰਿਸ਼ੀ ਪ੍ਰਧਾਨ ਰਾਜ ਮੰਨਿਆ ਜਾਂਦਾ ਸੀ ਹੈ ਨਾ ਲੇਕਿਨ ਹੁਣ ਕ੍ਰਿਸ਼ੀ 'ਚ ਵੀ ਬਹੁਤ ਪਿੱਛੇ ਧੀਰੇ ਧੀਰੇ ਪੰਜਾਬ ਨਿਕਲਦਾ ਜਾ ਰਿਹਾ ਹੈ ਨਾ ਤਾਂ ਉੱਥੇ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਜਿਹੜੀ ਮੇਨ ਆਪਣੀ ਕੋਰ ਵੈਲਿਊ ਸੀ ਉੱਥੇ ਆਪਣੇ ਫੜ ਕੇ ਹੋਰ ਅੱਗੇ ਵਧਣ 'ਤੇ ਕੰਮ ਕਰਨਾ ਚਾਹੀਦਾ ਬਿਲਕੁਲ ਜੀ ਤਾਂ ਅੱਛੀ ਗੱਲ ਕੀਤੀ ਇਹਨਾਂ ਨੇ ਕਿ ਵੱਡਾ ਰੋਡ ਮੈਪ ਜਿਹੜਾ ਪੰਜਾਬ ਦੇ ਲਈ ਰੁਜ਼ਗਾਰ ਦੇ ਲਈ ਹੋਣਾ ਚਾਹੀਦਾ ਨੌਜਵਾਨਾਂ ਦੇ ਲਈ ਅੱਛੀ ਪਲੈਨਿੰਗ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਸਿਆਸਤਦਾਨਾਂ ਦੇ ਵੱਲੋਂ ਤਾਂ ਜੇ ਇੱਕ ਹੋਰ ਦੁਕਾਨ ਦੇ ਵਿੱਚ ਹਾਂ ਔਰ ਸ਼ਹਿਰੀ ਵੋਟਾਂ ਦੇ ਬਾਰੇ ਅਕਸਰ ਗੱਲ ਕੀਤੀ ਜਾਂਦੀ ਹੈ ਕਿ ਜਾਂ ਤਾਂ ਬੀਜੇਪੀ ਦੇ ਹੱਕ ਦੇ ਵਿੱਚ ਜਾਣੀ ਆ ਜਾਂ ਕਾਂਗਰਸ ਦੇ ਹੱਕ ਦੇ ਵਿੱਚ ਜਾਣੀ ਆ ਪਰ ਇਸ ਦੁਕਾਨਦਾਰਾਂ ਨਾਲ ਵੀ ਗੱਲ ਕਰ ਲੈਂਦੇ ਹਾਂ ਪਿੱਛੇ ਵੀ ਦੁਕਾਨਦਾਰਾਂ ਨਾਲ ਇਸ ਗੱਲ ਕੀਤੀ ਹੈ ਕਿ ਉਹਨਾਂ ਦੇ ਲਈ ਮੁੱਦਾ ਕੀ ਹੋਵੇਗਾ ਪਰ ਇੱਥੇ ਜਿਹੜਾ ਇੱਕ ਹੋਰ ਇੱਕ ਨਵਾਂ ਟੌਪਿਕ ਛੇੜਦੇ ਹਾਂ ਕਿ ਵਾਕਿੰਗ ਕਿਹੜੀ ਸਿਆਸੀ ਪਾਰਟੀ 'ਤੇ ਜਿਹੜਾ ਸ਼ਹਿਰੀ ਲੋਕ ਜਾਂ ਦੁਕਾਨਦਾਰ ਕਰਦੇ ਨੇ ਜੀ ਵਿਸ਼ਵਾਸ ਕੀ ਲੱਗਦਾ ਬਾਈ ਜੀ ਵੈਸੇ ਮੁੱਦਿਆਂ ਦੀ ਗੱਲ ਕਰਦੇ ਤਾਂ ਮੁੱਦੇ ਬਹੁਤ ਨੇ ਲੋਕ ਸਾਨੂੰ ਦੱਸ ਰਹੇ ਨੇ ਪਿੱਛੋਂ ਅਸੀਂ ਗੱਲ ਕਰਦੇ ਆ ਰਹੇ ਹਾਂ ਪਰ ਇੱਕ ਸਮਝਦੀਆਂ ਨੇ ਸਿਆਸੀ ਪਾਰਟੀਆਂ ਸ਼ਹਿਰਾਂ ਦੇ ਵਿੱਚ ਜਾਂ ਤਾਂ ਬੀਜੇਪੀ ਨੂੰ ਵੋਟ ਮਿਲੂਗੀ ਜਾਂ ਕਾਂਗਰਸ ਨੂੰ ਤੁਹਾਨੂੰ ਕੀ ਲੱਗਦਾ ਕਾਂਗਰਸ ਸਰ ਜੀ ਕਾਂਗਰਸ ਨੂੰ ਕਾਂਗਰਸ ਨੂੰ ਕਿਸ ਬੇਸ ਤੇ ਲੱਗਦਾ ਕਿਹੜੇ ਉਹਨਾਂ ਨੇ ਜਿਹੜੇ ਕਾਂਗਰਸ ਅੱਛੀ ਸਰਕਾਰ ਹੈ ਸਹੀ ਡਿਵੈਲਪਮੈਂਟ ਕਰਤੀ ਹੈ ਕੋਈ ਦਿੱਕਤ ਨਹੀਂ ਇਸ ਨੂੰ ਔਰ ਬੀਜੇਪੀ ਦਾ ਕੀ ਲੱਗਦਾ ਬੀਜੇਪੀ ਕਭੀ ਆਜ ਤੱਕ ਆਈ ਨਹੀਂ ਹੈ ਮੋਹਾਲੀ ਮੇ ਜਾਂ ਪੂਰੇ ਪੰਜਾਬ ਕੇ ਅੰਦਰ ਭਾਰਤ ਮੇ ਆਈ ਹੈ ਭਾਰਤ ਮੇ ਤਾਂ ਅੱਛੀ ਹੈ भारत में बीजेपी 80 और मोहाली में कांग्रेस हाँ कांग्रेस ये आपकी राय है बिल्कुल और चोन मुद्दा क्या देखते हो आप केड़ी केड़ी चोन दी रणनीति होनी चाहिए या मुद्दे की होनी चाहिए डेवलपमेंट डेवलपमेंट बिल्कुल ਬਿਲਕੁਲ ਜੀ ਤਾਂ ਤੁਸੀਂ ਸਰ ਜੀ ਇਹ ਕਹਿੰਦੇ ਇੱਕ ਹੀ ਗੱਲ ਹੈ ਇੱਕ ਬੰਦੇ ਦੀ ਸਟੇਟਮੈਂਟ ਆ ਤਾਂ ਉਹਦੇ ਨਾਲ ਹੀ ਮੈਂ ਖੜਾ ਪਰ ਇਹਨਾਂ ਨੇ ਗੱਲ ਕੀਤੀ ਹੈ ਬੜੀ ਕਲੈਰਿਟੀ ਦੇ ਵਿੱਚ ਕਿ ਮੈਂ ਜਿਹੜਾ ਸੋਚਦਾ ਕਿ ਭਾਰਤ ਦੇ ਵਿੱਚ ਬੀਜੇਪੀ ਸਹੀ ਕਰ ਰਹੀ ਹੈ ਔਰ ਮੋਹਾਲੀ ਦੇ ਵਿੱਚ ਕਾਂਗਰਸ ਨੇ ਠੀਕ ਕੰਮ ਕੀਤਾ ਔਰ ਮੁੱਦਾ ਡਿਵੈਲਪਮੈਂਟ ਦਾ ਹੋਣਾ ਚਾਹੀਦਾ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ ਯੂਟਿਊਬ ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakhpost.com